ਅੱਜ ਦੇ ਇੰਡੀਆ ਦੀ ਪੋਲਿਟਿਕਸ ਹੈ ਕਿ ਕਿੱਦਾਂ ਮਾਈਨੋਰਿਟੀਜ਼ ਨੂੰ ਥੱਲੇ ਕੀਤਾ ਜਾ ਸਕੇ ਸਪਰੈਸ ਕੀਤਾ ਜਾ ਸਕੇ ਐਸਕਲੂਡ ਕੀਤਾ ਜਾ ਸਕੇ ਜਿੱਦਾਂ ਆਪਾਂ ਦੇਖਦੇ ਆਂ ਮਸਜਿਦ ਦੇ ਸਪੀਕਰ ਦੇ ਪੋਲਿਟਿਕਸ ਹੁੰਦੀ ਪਈ ਹੈ ਮੁਸਲਿਮ ਕਰਾਣਿਆਂ ਦੀਆਂ ਦੁਕਾਨਾਂ ਚੁਗੀਆਂ ਤੋੜੀਆਂ ਜਾ ਰਹੀਆਂ ਤੇ ਇਹ ਦੇਖ ਕੇ ਆ ਦੁੱਖ ਹੁੰਦਾ ਹੈ ਕਿ ਯਾਰ ਇਦਾਂ ਦੀ ਡਿਕਟੇਟਰਸ਼ਿਪ ਕਾਈਂਡ ਆਫ ਵਾਈਬ ਮਿਲਦੀ ਪਈ ਹੈ ਕਿ ਜੋ ਆਪਣੀ ਇੱਕ ਇਮੇਜ ਹੈ ਸ਼ਾਂਤੀਪ੍ਰੀਏ ਦੇਸ਼ ਹੋਣ ਦੀ ਉਹ ਕਿਤੇ ਨਾ ਕਿਤੇ ਨਾ ਘੜਦੀ ਪਈ ਹੈ ਤੇ ਮੈਂ ਇਹ ਸੋਚਦਾ ਹਾਂ ਕਦੇ-ਕਦੇ ਕਿ ਇਹ ਜਿਹੜੀ ਇਮੇਜ ਆਪਾਂ ਨੂੰ ਮਿਲੀ ਹੋਈ ਹੈ ਸ਼ਾਂਤੀਪ੍ਰੀਅ ਦੇਸ਼ ਹੋਣ ਦੀ ਕੀ ਇਹ ਆਪਾਂ ਬਣਾਈ ਹੋਈ ਹੈ ਜਾਂ ਇੱਕ ਗੋਰਿਆਂ ਨੇ ਜਾਂ ਬਾਹਰਲੇ ਜੋ ਨੌਨ ਇੰਡੀਅਨਸ ਨੇ ਉਹਨਾਂ ਨੇ ਆਪਾਂ ਨੂੰ ਦਿੱਤੀ ਹੋਈ ਹੈ ਕਿਉਂਕਿ ਜਦੋਂ ਦਾ ਮੈਂ ਇੰਡੀਆ ਸੀ ਮੈਨੂੰ ਸ਼ਾਂਤੀਪ੍ਰੀਅ ਦੇਸ਼ ਆਪਣਾ ਬੜਾ ਘੱਟ ਲੱਗਾ ਕਿਤੇ ਨਾ ਕਿਤੇ ਗੁਰਦੁਆਰੇ ਮੰਦਰ ਜਾਂ ਪੰਚਾਇਤ ਦੇ ਵਿੱਚ ਨਿੱਕੇ-ਨਿੱਕੇ ਟ੍ਰੈਡੀਸ਼ਨਲ ਕਲਚਰਲ ਧਾਰਮਿਕ ਇਸ਼ੂ ਮੇਲੇ ਜਾਂਦੇ ਸੀ ਤੇ ਲੋਕੀ ਕਿਤੇ ਨਾ ਕਿਤੇ ਬਹਾਨੇ ਲੱਭ ਹੀ ਲੈਂਦੇ ਸੀ ਇੱਕ ਦੂਜੇ ਦੇ ਨਾਲ ਲੜਨ ਨੂੰ ਜੇ ਮੈਂ ਇੱਥੋਂ ਦਾ ਸਿਸਟਮ ਕੰਪੇਅਰ ਕਰਾਂ ਇੰਡੀਆ ਦੇ ਵਿੱਚ ਆ ਨੇਬਰ ਟੂ ਨੇਬਰ ਤੇ ਮੈਂ ਨਹੀਂ ਕਹਿ ਸਕਦਾ ਕਿ ਆਪਣਾ ਜੋ ਕੰਟਰੀ ਆਪਣਾ ਜੋ ਕਲਚਰ ਇੱਕ ਸ਼ਾਂਤੀਪ੍ਰੀਅ ਕਲਚਰ ਹੈ ਕਿਉਂਕਿ ਇਹ ਇਮੇਜ ਆਪਾਂ ਨੂੰ ਗੋਰਿਆਂ ਦਿੱਤੀ ਹੋਈ ਹੈ ਜਦੋਂ ਯੋਗਾ ਦੀ ਗੱਲ ਕਰਦੇ ਨੇ ਜਾਂ ਸਾਧੂ ਸੰਤਾਂ ਦੀ ਗੱਲ ਕਰਦੇ ਨੇ ਆਪਣੀ ਹਿਸਟਰੀ ਆਪਣੇ ਤੋਂ ਜ਼ਿਆਦਾ ਆਈ ਥਿੰਕ ਗੋਰੇ ਪ੍ਰੈਫਰ ਕਰਦੇ ਨੇ ਜਦੋਂ ਇਹ ਵੱਡੇ ਕਲਚਰਾਂ ਦੀ ਗੱਲ ਹੁੰਦੀ ਹੈ ਨਾ ਕਿ ਸਭ ਤੋਂ ਪੁਰਾਣਾ ਕਲਚਰ ਕਿਹੜਾ ਹੈ ਆ ਇੰਡੀਅਨ ਹੋ ਗਿਆ ਚਾਈਨੀਸ ਹੋ ਗਿਆ ਇਜੀਪਸ਼ੀਅਨ ਹੋ ਗਿਆ ਗੋਰੇ ਲੋਕ ਸਟੱਡੀ ਕਰਦੇ ਨੇ ਆਪਾਂ ਪੜ੍ਹਦੇ ਤੇ ਆਂ ਕਿਤਾਬਾਂ ਦੇ ਵਿੱਚ ਪਰ ਉਤੇ ਅਮਲ ਆਪਣਾ ਬੜਾ ਘੱਟ ਹੁੰਦਾ ਤੇ ਜਦੋਂ ਮੈਂ ਪੋਲਿਟਿਕਸ ਪੋਲਿਟਿਕਸ ਦੇ ਵਿੱਚ ਵਾਪਸ ਆਵਾਂ ਕਿ ਕਿੱਦਾਂ ਆਪਣਾ ਇੱਕ ਮਾਹੌਲ ਡਿਕਟੇਟਰਸ਼ਿਪ ਵੱਲ ਵਧਦਾ ਪਿਆ ਬਟ ਆਈ ਡੋਨਟ ਥਿੰਕ ਕਿ ਇਹ ਇੱਕ ਪਹਿਲਾ ਸਮਾਂ ਹੈ ਜਿਹਦੇ ਵਿੱਚ ਡਿਕਟੇਟਰਸ਼ਿਪ ਵਾਲੀ ਵਾਈਬ ਆਂਦੀ ਪਈ ਹੈ ਚਲੋ 47 ਤੋਂ ਪਹਿਲਾਂ ਜਦੋਂ ਆਪਾਂ ਗੋਰਿਆਂ ਦੇ ਅੰਡਰ ਸੀ ਗੋਰਿਆਂ ਨੇ ਬੜੇ ਬੁਰੇ ਤਰੀਕੇ ਦੇ ਨਾਲ ਆਪਣੇ ਨਾਲ ਬਿਹੇਵ ਕੀਤਾ ਆਪਾਂ ਨੂੰ ਇੱਕ ਸੈਕੰਡ ਕਲਾਸ ਸਿਟੀਜ਼ਨ ਦੀ ਤਰ੍ਹਾਂ ਦੇਖਿਆ ਜਾਂਦਾ ਸੀ ਤੇ ਆਪਾਂ ਨੂੰ ਸਲੇਵਜ਼ ਵਾਂਗ ਆਪਣੇ ਤੋਂ ਕੰਮ ਕਰਾਇਆ ਜਾਂਦਾ ਸੀ ਤੇ ਨਿੱਕੇ ਹੁੰਦੇ ਮੈਂ ਕਦੀ ਕਦੀ ਨਾ ਗੋਰਿਆਂ ਨੂੰ ਵਧੀਆ ਮੰਨਣਾ ਰੀਜ਼ਨ ਬੀਨ ਕਿ ਜਦੋਂ ਮੈਂ ਨਿਊਜ਼ੀਲੈਂਡ ਦੀ ਸਟੱਡੀ ਕਰਨੀ ਆ ਆਸਟ੍ਰੇਲੀਆ ਦੀ ਜਾਂ ਕੈਨੇਡਾ ਦੀ ਜਦੋਂ ਮੈਨੂੰ ਪਤਾ ਲੱਗਣਾ ਕਿ ਯਾਰ ਉਹ ਕੰਟਰੀਜ਼ ਹਜੇ ਵੀ ਰਾਣੀ ਦੇ ਅੰਡਰ ਨੇ ਤੇ ਮੈਂ ਸੋਚਣਾ ਕਿ ਯਾਰ ਗੋਰਿਆਂ ਤੋਂ ਆਪਾਂ ਪਿੱਛਾ ਕਿਉਂ ਛਡਾਇਆ ਚਲੋ ਉਦੋਂ ਹਿਸਟਰੀ ਦਾ ਮੈਨੂੰ ਜਿਆਦਾ ਨੌਲੇਜ ਨਹੀਂ ਸੀ ਕਿ ਗੋਰੇ ਆਪਾਂ ਨੂੰ ਕਿੱਦਾਂ ਟਰੀਟ ਕਰਦੇ ਸੀ ਬਟ ਮੇਰੇ ਦਿਮਾਗ 'ਚ ਇਹ ਜ਼ਰੂਰ ਰਹਿਣਾ ਕਿ ਯਾਰ ਅਗਰ ਗੋਰੇ ਰਹਿੰਦੇ ਇੰਡੀਆ ਦੇ ਵਿੱਚ ਕਿਤੇ ਨਾ ਕਿਤੇ ਆਪਣਾ ਸੁਧਾਰ ਹੋ ਜਾਂਦਾ ਜਿੱਦਾਂ ਕੈਨੇਡਾ ਦਾ ਨਿਊਜ਼ੀਲੈਂਡ ਦਾ ਜਾਂ ਆਸਟ੍ਰੇਲੀਆ ਦਾ ਹੋਇਆ ਸ਼ਾਇਦ ਆਪਣੇ ਵਧੀਆ ਸੜਕਾਂ ਹੁੰਦੀਆਂ ਆਪਣੇ ਵੀ ਵਧੀਆ ਇਨਫਰਾਸਟ੍ਰਕਚਰ ਹੁੰਦਾ ਆਪਣੇ ਵੀ ਪੋਪੂਲੇਸ਼ਨ ਤੇ ਇੰਨਾ ਬੂਮ ਜ਼ਿਆਦਾ ਨਾ ਹੁੰਦਾ ਕਿਤੇ ਨਾ ਕਿਤੇ ਕੰਟਰੋਲ ਆਪਣਾ ਰਹਿੰਦਾ ਬਟ ਜੇ ਮੈਂ ਸਿਰਫ ਫਰੀडम फाइਟਰਾਂ ਦੀ ਵੀ ਗੱਲ ਕਰਾਂ ਉਹਨਾਂ ਦੇ ਦਿਮਾਗ 'ਚ ਇਹ ਸੀ ਕਿ ਅਗਰ ਅਸੀਂ ਗੋਰਿਆਂ ਤੋਂ ਆਪਣੇ ਆਪ ਨੂੰ ਛਡਾਉਨੇ ਆ ਤੇ ਵੀ ਹੈਵ ਟੂ ਮੇਕ ਸ਼ੋਰ ਕਿ ਕੋਈ ਵੀ ਬੰਦਾ ਜੋ ਅਗਲਾ ਪਾਵਰ ਦੇ ਵਿੱਚ ਆਵੇ ਉਹ ਇੱਕ ਮਿਡਲ ਕਲਾਸ ਦਾ ਹੋਵੇ ਕੋਈ ਜ਼ਿਆਦਾ ਰਿਚ ਨਾ ਹੋਵੇ ਅਮੀਰਾਂ ਤੋਂ ਪਾਵਰ ਕਿਤੇ ਅਮੀਰਾਂ ਦੇ ਕੋਲ ਹੀ ਨਾ ਚਲੀ ਜਾਵੇ ਇਹ ਉਹਨਾਂ ਦੀ ਤਵੱਜੋ ਸੀ ਉਸ ਟਾਈਮ ਬਟ ਇਦਾਂ ਨਹੀਂ ਹੋਇਆ ਜਦੋਂ ਗੋਰੇ ਆਪਾਂ ਨੂੰ ਛੱਡ ਕੇ ਗਏ ਉਸ ਤੋਂ ਬਾਅਦ ਆਪਣਾ ਰਾਜ ਆਇਆ ਆਪਾਂ ਆਪਣੇ ਆਪ ਨਾਲ ਜਸਟਿਸ ਨਹੀਂ ਕੀਤੀ ਇੰਡੀਅਨਸ ਹੀ ਅਗਰ ਪਾਵਰ ਦੇ ਵਿੱਚ ਆਏ ਤੇ ਉਹਨਾਂ ਨੇ ਇੰਡੀਅਨਸ ਨਾਲ ਜਸਿਸ ਨਹੀਂ ਕੀਤੀ ਪਹਿਲੀ ਗਲਤੀ ਆਪਣੇ ਕੋ ਇਹ ਹੋਈ ਕਿ ਜੋ ਪਾਵਰ ਸੀ ਉਹ ਅਮੀਰਾਂ ਦੇ ਅਮੀਰਾਂ ਦੇ ਕੋਲ ਗਈ ਜਿੱਦਾਂ ਨਹਿਰੂ ਹੋ ਗਿਆ ਨਹਿਰੂ ਇੱਕ ਬਹੁਤ ਅਮੀਰ ਪਰਿਵਾਰ ਦਾ ਮੈਂਬਰ ਸੀ ਫਿਰ ਜਦੋਂ ਪਾਰਟੀਸ਼ਨ ਹੋਈ ਪਾਕਿਸਤਾਨ ਗਿਆ ਜਿਨ੍ਹਾਂ ਦੇ ਕੋਲ ਜਿਨ੍ਹਾਂ ਨੇ ਪਾਕਿਸਤਾਨ ਦੀ ਡਿਮਾਂਡ ਕੀਤੀ ਤੇ ਜਿੰਨਾ ਵੀ ਆਈ ਥਿੰਕ ਟੌਪ 10 ਅ ਅਮੀਰਾਂ ਦੇ ਵਿੱਚੋਂ ਪੂਰੇ ਇੰਡੀਆ ਦੇ ਅਮੀਰਾਂ ਦੇ ਵਿੱਚੋਂ ਆਉਂਦਾ ਸੀ ਤੇ ਕਿਤੇ ਵੀ ਆਮ ਬੰਦਾ ਪਾਵਰ ਦੇ ਵਿੱਚ ਨਹੀਂ ਸੀ ਜੋ ਵੀ ਡਿਸਿਜਨ ਬਣਾਏ ਗਏ ਉਹ ਸਾਰੇ ਅਮੀਰਾਂ ਦੇ ਕੋਲੋਂ ਫਿਰ ਜਦੋਂ ਆਪਾਂ ਨਹਿਰੂ ਦੀ ਲਾਈਨ ਦੇਖੀ ਹੈ ਨਾ ਪੂਰੀ ਇਹਦੇ ਪਰਿਵਾਰ ਦੀ ਲਾਈਨ ਇਤ ਤੋਂ ਬਾਅਦ ਨੇ ਵੀ ਪਾਵਰਫੁੱਲ ਲੋਗ ਆਏ ਸਾਰੇ ਇਹਦੇ ਪਰਿਵਾਰ ਦੇ ਨਹਿਰੂ ਤੋਂ ਬਾਅਦ ਇੰਦਰਾ ਇੰਦਰਾ ਤੋਂ ਬਾਅਦ ਸੰਜੇ ਗਾਂਧੀ ਕੋਲ ਪਾਵਰ ਜਾਣੀ ਸੀ ਬਟ ਉਹ ਜਹਾਜ਼ ਕ੍ਰੈਸ਼ ਉਹਦਾ ਹੋਇਆ ਤੇ ਉਹ ਮਾਰਿਆ ਗਿਆ ਸੰਜੇ ਤੋਂ ਬਾਅਦ ਰਜੀਵ ਗਾਂਧੀ ਉਸ ਤੋਂ ਬਾਅਦ ਸੋਨੀਆ ਗਾਂਧੀ ਉਸ ਤੋਂ ਬਾਅਦ ਰਾਹੁਲ ਗਾਂਧੀ ਇਹ ਪਰਿਵਾਰਵਾਦ ਨਹਿਰੂ ਤੋਂ ਬਾਅਦ ਸ਼ੁਰੂ ਹੋ ਗਿਆ ਤੇ ਜਦੋਂ ਮੈਂ ਮੋਦੀ ਨੂੰ ਦੇਖਾਂ ਕਿ ਮੋਦੀ ਨੂੰ ਲੋਕਾਂ ਨੇ ਕਿਉਂ ਚੂਜ਼ ਕੀਤਾ ਮੋਦੀ ਦੀ ਇਮੇਜ ਇੱਕ ਆਮ ਇਨਸਾਨ ਦੀ ਬਣੀ ਹੋਈ ਹੈ ਕਿ ਇੱਕ ਚਾਹ ਵਾਲਾ ਬੰਦਾ ਸਾਨੂੰ ਅੱਗੇ ਰੂਲ ਕਰੇਗਾ ਜੋ ਸਾਡੇ ਵਿੱਚੋਂ ਹੀ ਨਿਕਲਿਆ ਹੋਇਆ ਤੇ ਲੋਕੀ ਕਿਤੇ ਨਾ ਕਿਤੇ ਰੋਸ਼ ਉਹਨਾਂ ਦੇ ਵਿੱਚ ਸੀ ਕਿ ਆਹ ਜੋ ਪਾਵਰਫੁਲ ਫੈਮਲੀਆਂ ਨੇ ਇਹਨਾਂ ਦੇ ਕੋਲ ਪਾਵਰ ਨਹੀਂ ਜਾਣੀ ਚਾਹੀਦੀ ਤਾਂ ਹੀ ਉਹ ਮੋਦੀ ਦੋ ਵਾਰ ਆਇਆ ਇੱਕ ਤੇ ਮੈਜੋਰਿਟੀ ਆਪਣੇ Hindu ਲੋਕ ਨੇ ਜੋ ਮੋਦੀ ਨਾਲ ਰੈਜ਼ੋਨੇਟ ਕਰ ਰਹੇ ਨੇ ਕਿ ਮੋਦੀ ਵੀ ਹਿੰਦੂ ਹੈ ਫਿਰ ਮੈਜੋਰਟੀ ਲੋਗ ਗਰੀਬ ਨੇ ਤੇ ਉਹ ਚਾਹੁੰਦੇ ਨੇ ਕੋਈ ਗਰੀਬ ਹੀ ਆਵੇ ਤੇ ਗਰੀਬਾਂ ਦੇ ਨਾਲ ਨਾਲ ਅਨਪੜਤਾ ਤੇ ਮੋਦੀ ਸਰਕਾਰ ਜਾਣ ਬੁੱਝ ਕੇ ਚਾਹੁੰਦੀ ਹੈ ਕਿ ਲੋਕੀ ਅਨਪੜ ਰਹਿਣ ਜਾਂ ਗਰੀਬ ਰਹਿਣ ਤਾਂ ਕਿ ਇਹਨਾਂ ਨੂੰ ਈਜ਼ੀਲੀ ਮੈਨੀਪੂਲੇਟ ਕੀਤਾ ਜਾ ਸਕੇ ਬਟ ਰੀਜ਼ਨ ਬੀਨ ਮੇਰੇ ਕਹਿਣ ਦਾ ਕਿ ਇਹ ਪਹਿਲੀ ਵਾਰੀ ਨਹੀਂ ਹੋਇਆ ਇੰਡੀਆ ਦੇ ਵਿੱਚ ਕਿ ਆਪਾਂ ਡਿਕਟੇਟਰਸ਼ਿਪ ਵੱਲ ਵਧ ਰਹੇ ਆ ਇਹ ਸਮਾਂ ਪਹਿਲੋਂ ਵੀ ਆ ਚੁੱਕਾ 47 ਤੋਂ ਪਹਿਲੋਂ ਗੋਰੇ ਤੇ ਗੋਰੀਆਂ ਤੋਂ ਬਾਅਦ ਜਦੋਂ ਇੰਦਰਾ ਦਾ ਟਾਈਮ ਆਇਆ ਜਦੋਂ ਨਹਿਰੂ ਨੇ ਆਪਣੀ ਪਾਵਰ ਫੈਮਲੀ ਦੇ ਵਿੱਚ ਹੀ ਰੱਖਣ ਦੀ ਕੋਸ਼ਿਸ਼ ਕੀਤੀ ਉਹ ਵੀ ਇੱਕ ਡਿਕਟੇਟਰਸ਼ਿਪ ਵਾਲਾ ਟਾਈਮ ਸੀ ਆ ਇੰਦਰਾ ਗਾਂਧੀ ਇੰਨੀ ਪਾਵਰ ਹੰਗਰੀ ਸੀ ਕਿ ਆਈ ਥਿੰਕ ਜਦੋਂ ਸ਼ੁਰੂ-ਸ਼ੁਰੂ ਚੋ ਪਾਵਰ ਚ ਆਈ ਤੇ ਸੁਪਰੀਮ ਕੋਰਟ ਦੇ ਨਾਲ ਇਹਦੇ ਬਹੁਤ ਜ਼ਿਆਦਾ ਕਲੈਸ਼ ਹੋਣ ਇੰਦਰਾ ਗਾਂਧੀ ਦੇ ਕੁਝ ਡਿਸੀਜਨ ਇੰਦਰਾ ਗਾਂਧੀ ਨੇ ਲਏ ਜੋ ਸੁਪਰੀਮ ਕੋਰਟ ਨੇ ਅਪਰੂਵ ਨਹੀਂ ਕੀਤੇ ਤੇ ਉਹਨਾਂ ਡਿਸੀਜਨਸ ਨੂੰ ਸੁਪਰੀਮ ਕੋਰਟ ਨੇ ਰਿਵਰਸ ਕੀਤਾ ਬਟ ਇੰਦਰਾ ਗਾਂਧੀ ਇੰਨੀ ਚਲਾਕ ਸੀ ਕਿ ਉਹਨੇ ਐਦਾਂ ਦੀਆਂ ਪਾਲਿਸੀਜ਼ ਬੜਾਈਆਂ ਜਾਂ ਸੰਵਿਧਾਨ ਦੇ ਵਿੱਚ ਚੇਂਜ ਲਿਆਂਦੇ ਕਿ ਉਹ ਡਿਸੀਜਨਸ ਨੂੰ ਜੋ ਨੇ ਬਣਾਏ ਹੋਏ ਸੀ ਤੇ ਸੁਪਰੀਮ ਕੋਰ ਨੇ ਸੁਪਰੀਮ ਕੋਰ ਨੇ ਨਾ ਲੈਨਵੋਇਡ ਕੀਤੇ ਉਹ ਡਿਸੀਜਨਾਂ ਨੂੰ ਵਾਪਸ ਲਿਆ ਲਿਆ ਜਾ ਸਕੇ ਜਿੱਦਾਂ ਕਿ 14 ਬੈਂਕ ਸੀ ਇੰਡੀਆ ਦੇ ਜੋ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਸਰਕਾਰ ਦੇ ਅੰਡਰ ਆ ਜਾਣ ਬਟ ਸੁਪਰੀਮ ਕੋਰ ਨੇ ਪਹਿਲਾਂ ਮਨਾ ਕੀਤਾ ਬਟ ਕਿਸੇ ਨਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਨਾਲ ਇੰਦਰਾ ਗਾਂਧੀ ਨੇ ਲੂਪ ਹੋਲ ਕੱਢੇ ਤੇ ਉਹ ਡਿਸੀਜਨਸ ਨੂੰ ਰਿਵਰਸ ਕੀਤਾ ਫਿਰ 14 ਮਾਮਲੇ ਇੰਦਰਾ ਗਾਂਧੀ ਦੇ ਵਿਰੁੱਧ ਚੱਲਦੇ ਪਏ ਸੀ ਕਿ ਉਹਨੇ ਉਹ ਪਾਵਰ ਦੇ ਵਿੱਚ ਆਈ ਫਰਾਡ ਕਰਕੇ ਉਹਨੇ ਵੋਟ ਦੇ ਵਿੱਚ ਬੜੇ ਫਰਾਡ ਕੀਤੇ ਤੇ 14 ਮਾਮਲਿਆਂ ਦੇ ਵਿੱਚੋਂ ਦੋ ਮਾਮਲਿਆਂ ਦੇ ਵਿੱਚ ਉਹ ਕਸੂਰوار ਪਾਈ ਗਈ ਬਟ ਉਹ ਦੋ ਮਾਮਲੇ ਇਦਾਂ ਦੇ ਸੀ ਕਿ ਉਹਦੀ ਪੋਸਿਬਿਲਿਟੀ ਸੀ ਕਿ ਪ੍ਰਾਈਮ ਮਿਨਿਸਟਰ ਦੇ ਅਹੁਦੇ ਤੋਂ ਉਹ ਥੱਲੇ ਉਤਰੇ ਬਟ ਜਿੱਦਾਂ ਵੀ ਉਹਨੇ ਆਪਣੀ ਪਾਵਰ ਆਪਣੇ ਕੋਲੋਂ ਲੂਜ਼ ਹੁੰਦੀ ਦੇਖੀ ਉਹ ਨਹੀਂ ਸੀ ਚਾਹੁੰਦੀ ਕਿ ਉਹ इजीली ਆਪਣੀ ਪਾਵਰ ਆ ਗਿਵ ਅਪ ਕਰ ਦੇਵੇ ਤੇ ਉਹਨੇ ਐਮਰਜੈਂਸੀ ਦਾ ਐਲਾਨ ਕੀਤਾ ਤੇ ਐਮਰਜੈਂਸੀ ਇੱਕ ਬੜਾ ਹੀ ਗੰਦਾ ਆ ਪੀਰੀਅਡ ਸੀ ਇੰਡੀਆ ਵਾਸਤੇ ਤੇ ਇੰਡੀਆ ਦੀ ਡੈਮੋਕ੍ਰੇਸੀ ਵਾਸਤੇ ਆ ਐਮਰਜੈਂਸੀ ਦੇ ਆਉਂਦਿਆਂ ਹੀ ਜਿੰਨੇ ਵੀ ਆਪੋਜੀਸ਼ਨ ਲੀਡਰ ਸੀ ਇੰਦਰਾ ਨੇ ਗ੍ਰਿਫਤਾਰ ਕਰਵਾਏ ਇਮੇਜਿਨ ਕਰੋ ਕਿ ਅੱਜ ਜੇ ਭਗਵਾਨ ਤੁਮਨ ਪਾਵਰ ਦੇ ਵਿੱਚ ਆਉਂਦਾ ਤੇ ਕਹਿੰਦਾ ਕਿ 5 ਸਾਲ ਤੱਕ ਮੇਰੇ ਵਿਰੁੱਧ ਕੋਈ ਨਹੀਂ ਬੋਲ ਸਕਦਾ ਜੇ ਕੋਈ ਵੀ ਬੋਲੇਗਾ ਉਹਨੂੰ ਜੇਲ ਹੋਏਗੀ ਤੇ ਇਦਾਂ ਹੀ ਇੰਦਰਾ ਨੇ ਕਰਵਾਇਆ ਐਮਰਜੈਂਸੀ ਦੇ ਵਿੱਚ ਜਿੰਨੇ ਵੀ ਆਪੋਜੀਸ਼ਨ ਦੇ ਲੀਡਰ ਸੀ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਕੋਈ ਵੀ ਉਹਦੇ ਵਿਰੁੱਧ ਬੋਲ ਨਹੀਂ ਸੀ ਸਕਦਾ ਅਗਰ ਕੋਈ ਬੋਲਣ ਦੀ ਕੋਸ਼ਿਸ਼ ਵੀ ਕਰਦਾ ਸੀ ਤੇ ਉਹਨੂੰ ਜੇਲ੍ਹ ਵਿੱਚ ਭੇਜਿਆ ਜਾਂਦਾ ਸੀ ਤੇ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਕੰਟਰੋਲ ਸੀ ਇੰਦਰਾ ਗਾਂਧੀ ਦਾ ਉਸ ਟਾਈਮ ਦੇ ਵਿੱਚ ਜਿੰਨੇ ਵੀ ਆਫਿਸ ਸੀ ਅਖਬਾਰਾਂ ਦੇ ਐਮਰਜੈਂਸੀ ਆਉਣ ਤੋਂ ਇੱਕ ਦਿਨ ਬਾਅਦ ਸਾਰਿਆਂ ਦੇ ਪਾਵਰ ਕੱਟ ਦਿੱਤੀ ਗਈ ਤਾਂ ਕਿ ਨਿਊਜ਼ਪੇਪਰ ਦੇ ਵਿੱਚ ਖਬਰ ਨਾ ਛਾਪੀ ਜਾ ਸਕੇ ਤੇ ਨਾ ਹੀ ਕੋਈ ਕ੍ਰਿਟਿਸਿਜ਼ਮ ਹੋਸਕੇ ਐਮਰਜੈਂਸੀ ਦੇ ਵਿਰੋਧ ਦੇ ਸਾਰਾ ਕਮਿਊਨੀਕੇਸ਼ਨ ਰੇਡੀਓ ਦੇ ਦੁਆਰਾ ਹੀ ਕੀਤਾ ਗਿਆ ਤੇ ਇੱਕ ਬਹੁਤ ਪਾਵਰਫੁੱਲ ਬੰਦਾ ਸੀ ਇੰਦਰਾ ਗਾਂਧੀ ਦੇ ਟਾਈਮ ਉਹ ਸੀ ਉਹਦਾ ਮੁੰਡਾ ਸੰਜੀਤ ਗਾਂਧੀ ਜੋ ਪੋਲਿਟਿਕਸ ਦੇ ਵਿੱਚ ਬਹੁਤ ਜ਼ਿਆਦਾ ਯੰਗ ਸੀ ਤੇ ਬਹੁਤ ਜ਼ਿਆਦਾ ਸਟ੍ਰਿਕਟ ਤੇ ਫੇਅਰ ਸੀ ਇਨ ਦਾ ਸੈਂਸ ਜਿੱਦਾਂ ਹੁੰਦੇ ਨੇ ਕਿ ਅ ਅਮੀਰ ਘਰਾਣਿਆਂ ਦੇ ਬੱਚੇ ਬੜੇ ਜ਼ਿੱਦੀ ਹੁੰਦੇ ਨੇ ਜੋ ਚੀਜ਼ ਉਹਨਾਂ ਨੂੰ ਚਾਹੀਦੀ ਹੈ ਉਹ ਉਹਨਾਂ ਨੂੰ ਚਾਹੀਦੀ ਹੈ ਕਿਸੇ ਵੀ ਹੱਦ ਤੱਕ ਉਹ ਆਪਣੀ ਆ ਜੋ ਇੱਛਾਵਾਂ ਨੇ ਉਮਨ ਆ ਗਈ ਛੱਡ ਦੇ ਨੇ ਤੇ ਇਦਾਂ ਦਾ ਹੀ ਕੈਰੈਕਟਰ ਸੀ ਸੰਜੇ ਗਾਂਧੀ ਦਾ ਤੇ ਯੰਗ ਹੋਣ ਦੇ ਨਾਲ ਉਹ ਚਾਹੁੰਦਾ ਸੀ ਕਿ ਇੰਡੀਆ ਇੱਕ ਉੱਬਰਦੀ ਹੋਈ ਪਾਵਰ ਹੋ ਕੇ ਨਿਕਲੇ ਗਰੀਬੀ ਤੋਂ ਦੂਰ ਹੋਵੇ ਤੇ ਸਭ ਤੋਂ ਪਹਿਲਾਂ ਉਹਨੇ ਜੋ ਆ ਤਰੀਕਾ ਅਪਣਾਇਆ ਗਰੀਬੀ ਨੂੰ ਦੂਰ ਕਰਨ ਦਾ ਉਹ ਸੀ ਪੋਪੂਲੇਸ਼ਨ ਕੰਟਰੋਲ ਉਹ ਮੰਨਦਾ ਸੀ ਕਿ ਜਿੰਨੀ ਪੋਪੂਲੇਸ਼ਨ ਹੋਏਗੀ ਗਰੀਬੀ ਓਨੀ ਹੀ ਜ਼ਿਆਦਾ ਹੋਏਗੀ ਤੇ ਦੇਸ਼ ਦੇ ਹਿੱਤ ਲਈ ਉਹਨੇ ਅ 7 ਤੋਂ 8 ਮਿਲੀਅਨ ਲੋਕਾਂ ਦੀਆਂ ਨਸਬੰਦੀਆਂ ਕੀਤੀਆਂ ਬਟ ਜਿਹੜੇ ਤਰੀਕੇ ਨਾਲ ਉਹਨੇ ਕੀਤੀਆਂ ਉਹ ਕਿਤੇ ਕਿਸੇ ਡਿਕਟੇਟਰ ਤੋਂ ਘੱਟ ਨਹੀਂ ਸੀ ਉਹਨੇ ਐ ਐਮਬੂਲੈਂਸਾਂ ਭੇਜਨੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੇ ਮੁੰਡਿਆਂ ਨੂੰ ਚੁੱਕਣਾ ਉਹਨਾਂ ਦੀ ਮਰਜ਼ੀ ਦੇ ਵਿਰੁੱਧ ਫਿਰ ਜੇ ਕਿਸਾਨਾਂ ਦੀ ਗੱਲ ਕਰੀਏ ਉਹਨੇ ਉਹਨਾਂ ਨੂੰ ਕਹਿਣਾ ਕਿ ਤੁਹਾਨੂੰ ਪਾਣੀ ਨਹੀਂ ਮਿਲੇਗਾ ਜਿੰਨਾ ਚਿਰ ਤੁਸੀਂ ਨਸਬੰਦੀ ਨਹੀਂ ਕਰਵਾਉਂਦੇ ਫਿਰ ਸਰਕਾਰੀ ਜੋ EMPLOYEES ਸੀ ਉਹਨਾਂ ਨੂੰ ਉਹਨਾਂ ਦੀ ਜੋ ਸੈਲਰੀ ਸੀ ਉਹ ਬੰਦ ਕਰ ਦਿੱਤੀ ਗਈ ਤੇ ਉਹਨਾਂ ਨੂੰ ਕਿਹਾ ਗਿਆ ਜਿੰਨਾ ਚਿਰ ਤੁਸੀਂ ਇਹਨਾਂ ਸਬੰਧੀ ਨਹੀਂ ਕਰਵਾਉਂਦੇ ਤੁਹਾਡੀ ਸੈਲਰੀ ਤੁਹਾਨੂੰ ਨਹੀਂ ਮਿਲੇਗੀ ਤੇ ਗਵਰਨਮੈਂਟ ਰਾਸ਼ਨ ਉਹ ਵੀ ਬੰਦ ਕਰਵਾ ਦਿੱਤਾ ਗਿਆ ਮਤਲਬ ਹਰ ਇੱਕ ਸਟੇਟ ਦੇ ਵਿੱਚ ਅਲੱਗ-ਅਲੱਗ ਰੂਲ ਸੀ ਐਮਰਜੈਂਸੀ ਦੇ ਜਿੱਦਾਂ ਵੀ ਕਿਸੇ ਨੂੰ ਵੀ ਮੈਨੀਪੂਲੇਟ ਕੀਤਾ ਜਾ ਸਕੇ ਜਾਂ ਫੋਰਸ ਕੀਤਾ ਜਾ ਸਕੇ ਨਿਸਬੰਧੀ ਦੇ ਲਈ ਉਹ ਚੀਜ਼ ਵਰਤੀ ਗਈ ਫਿਰ ਹੁਣ ਜਦੋਂ ਆਪਾਂ ਕੋਈ ਵੀ ਖਬਰ ਸੁਣਦੇ ਆ ਨਾ ਭਾਵੇਂ ਮੋਦੀ ਦੇ ਅੰਡਰ ਬਹੁਤ ਜ਼ਿਆਦਾ মিডিਆ ਹੈ ਚੈਨਲ ਇੰਨੇ ਜ਼ਿਆਦਾ ਹੋਣ ਦੇ ਕਾਰਨ ਜਾਂ YouTube ਦੇ ਚੈਨਲ ਇੰਨੇ ਜ਼ਿਆਦਾ ਹੋਣ ਦੇ ਕਾਰਨ ਕੋਈ ਨਾ ਕੋਈ ਚੀਜ਼ ਰਿਪੋਰਟ ਕਰ ਹੀ ਹੁੰਦਾ ਕਿ ਮੋਦੀ ਦੇ ਪਾਵਰ ਦੇ ਥੱਲੇ ਇਹ ਚੀਜ਼ਾਂ ਹੋ ਰਹੀਆਂ ਨੇ ਜਾਂ ਇਹ ਚੀਜ਼ਾਂ ਗਲਤ ਹੋ ਰਹੀਆਂ ਨੇ ਬਟ ਉਸ ਟਾਈਮ ਇਹ ਚੀਜ਼ ਬਹੁਤ ਘੱਟ ਸੀ মিডিਆ ਸਾਰੀ ਰਲੀ ਹੋਈ ਸੀ ਜਾਂ ਇੰਦਰਾ ਦੇ ਕੰਟਰੋਲ 'ਚ ਸੀ ਜਾਂ ਸੰਜੇ ਗਾਂਧੀ ਦੇ ਕੰਟਰੋਲ ਦੇ ਵਿੱਚ ਸੀ ਬਟ ਫੇਰ ਵੀ ਅਗਰ ਕੋਈ ਪਾਫ ਉਸ ਟਾਈਮ ਦੀ ਨਿਕਲੀ ਹੈ ਮਤਲਬ ਸਿਚੁਏਸ਼ਨ ਉਸ ਤੋਂ ਵੀ ਜ਼ਿਆਦਾ ਬੱਤਰ ਸੀ ਜੋ ਸਰਫੇਸ ਤੇ ਖਬਰ ਨਿਕਲ ਕੇ ਸਾਹਮਣੇ ਆਈ ਤੇ ਇੱਕ ਖਬਰ ਇਹ ਵੀ ਆਉਂਦੀ ਹੈ ਕਿ ਸੰਜੇ ਗਾਂਧੀ ਨੇ 1.5 ਲੱਖ ਝੁੱਗੀਆਂ ਝੌਪੜੀਆਂ ਦਿੱਲੀ ਦੇ ਵਿੱਚ ਖਤਮ ਕਰਵਾਈਆਂ ਕਿਉਂਕਿ ਸਿਰਫ ਉਹਨੂੰ ਉਹਨਾਂ ਦੀ ਲੁੱਕ ਨਹੀਂ ਸੀ ਪਸੰਦ। ਡਿਵੈਲਪਮੈਂਟ ਦੇ ਬਹਾਨੇ ਕਾਰਨ ਉਹਨੇ ਸਾਰੀਆਂ ਝੁੱਗੀਆਂ ਝੌਂਪੜੀਆਂ ਹਟਵਾਈਆਂ ਤਾਂਕਿ ਉਹ ਏਰੀਆ ਨੂੰ ਸਾਫ਼ ਕੀਤਾ ਜਾ ਸਕੇ। ਹੁਣ ਅੱਜ ਈਦਾਂ ਮੈਂ ਕਿਹਾ ਕਿ ਅੱਜ ਕੋਈ ਵੀ ਝੁੱਗੀ ਝੌਂਪੜੀ ਖਤਮ ਹੁੰਦੀ ਹੈ ਐਟਲੀਸ ਆਪਾਂ ਨੂੰ ਪਤਾ ਲੱਗਦਾ ਬਟ ਉਸ ਟਾਈਮ ਇਹ ਚੀਜ਼ ਬਹੁਤ ਜ਼ਿਆਦਾ ਘੱਟ ਸੀ ਤੇ ਸੰਜੇ ਗਾਂਧੀ ਇੱਕ ਈਦਾਂ ਦਾ ਬੰਦਾ ਸੀ ਜੋ ਨਹੀਂ ਸੀ ਚਾਹੁੰਦਾ ਐਮਰਜੈਂਸੀ ਖਤਮ ਹੋਵੇ। ਉਹ ਚਾਹੁੰਦਾ ਸੀ ਕਿ ਐਮਰਜੈਂਸੀ ਜਾਂ ਡਿਕਟੇਟਰਸ਼ਿਪ ਕਿਤੇ ਨਾ ਕਿਤੇ ਬਣੀ ਰਹੇ ਤਾਂਕਿ ਇੰਡੀਆ ਦੇ ਕੰਮ ਹੋਰ ਤੇਜ਼ੀ ਨਾਲ ਹੁੰਦੇ ਰਹਿਣ ਤੇ ਇੱਥੇ ਮੈਨੂੰ ਨਾ ਉਹਦਾ ਅ ਕਿਰਦਾਰ ਸਟਾਲਿਨ ਵਰਗਾ ਲੱਗਦਾ ਹੈ ਜਦੋਂ ਸਟਾਲਿਨ ਨੇ ਵੀ ਅ ਸਟਾਲਿਨ ਦੀ ਡਿਕਟੇਟਰਸ਼ਿਪ ਚੱਲਦੀ ਪਈ ਸੀ ਉਹ ਵੀ ਚਾਹੁੰਦਾ ਸੀ ਕਿ ਸੋਵੀਅਤ ਯੂਨੀਅਨ ਤੇਜ਼ੀ ਨਾਲ ਅ ਬਾਹਰ ਨਿਕਲੇ ਤੇਜੀ ਨਾਲ ਰੈਂਕ ਨੰਬਰ 1 ਤੇ ਆਵੇ ਤੇ ਬਹੁਤ ਜ਼ਿਆਦਾ ਪ੍ਰੋਡਕਟਿਵ ਹੋਵੇ ਭਾਵੇਂ ਲੋਕੀ ਭੁੱਖੇ ਹੀ ਕਿਉਂ ਨਾ ਮਰਨ ਤੇ ਸੰਜੇ ગાંધી ਦੀ ਮੈਂਟੈਲਿਟੀ ਵੀ ਕੁਝ ਐਦਾਂ ਦੀ ਹੀ ਸੀ ਉਹ ਨਹੀਂ ਸੀ ਚਾਹੁੰਦਾ ਕਿ ਲੋਕਾਂ ਕੋ ਫ੍ਰੀडम ਵਾਪਸ ਨਿਕਲੇ ਤੇ ਇਹ ਮੈਂ ਸੋਚਦਾ ਹਜੇ ਉਹ ਪਾਵਰ ਦੇ ਵਿੱਚ ਨਹੀਂ ਸੀ ਤੇ ਉਹਨੇ ਇੰਨੇ ਕਾਂਡ ਕੀਤੇ ਤੇ ਇਮੇਜਿਨ ਕਰੋ ਕਿ ਉਹ ਪਾਵਰ ਦੇ ਵਿੱਚ ਆਉਂਦਾ ਤੇ ਉਹ ਕਿੰਦਾਂ ਦੀਆਂ ਚੀਜ਼ਾਂ ਕਰ ਸਕਦਾ ਸੀ ਹਜੇ ਇੰਦਰਾ ਤੋਂ ਬਾਅਦ 100% ਉਹਦਾ ਚਾਂਸ ਸੀ ਪਾਵਰ ਦੇ ਵਿੱਚ ਆਉਣ ਦਾ ਬਟ ਸਰਕਮਸਟਾਂਸਸ ਇਦਾਂ ਬਦਲੇ ਕਿ ਉਹਦਾ ਐਕਸੀਡੈਂਟ ਹੋਇਆ ਤੇ ਉਹ ਪਾਵਰ ਦੇ ਵਿੱਚ ਨਹੀਂ ਆ ਪਾਇਆ ਫਿਰ ਬਲੂ ਸਟਾਰ ਆਪਰੇਸ਼ਨ ਹੋਇਆ ਸਿੱਖਾਂ ਦੇ ਨਾਲ ਇੱਕ ਖਾਸ ਵਿੱਤਕਰਾ ਰੱਖਣਾ ਇੰਦਰਾ ਗਾਂਧੀ ਦਾ ਉਹ ਸਾਰਿਆਂ ਨੂੰ ਪਤਾ ਹੈ ਬਟ ਬਲੂ ਸਟਾਰ ਤੋਂ ਬਾਅਦ ਇੱਕ ਹੋਰ ਆਪਰੇਸ਼ਨ ਹੋਇਆ ਸੀ ਵੁਡਰੋਜ਼ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਜੋ ਹੁਣ ਕੁਝ ਡਾਕੂਮੈਂਟਸ ਹੌਲੀ-ਹੌਲੀ ਬਾਹਰ ਆ ਰਹੇ ਨੇ ਉਹਦੇ ਵਿੱਚ ਇਹਦਾ ਇਹਦਾ ਮੈਂਸ਼ਨ ਹੋਇਆ ਕਿ ਪੰਜਾਬ ਦੇ ਵਿੱਚ ਇਹ ਆਪਰੇਸ਼ਨ ਵੀ ਕੰਡਕਟ ਹੋਇਆ 84 ਤੋਂ ਬਾਅਦ ਜਦੋਂ ਹਮਲਾ ਹੋਇਆ ਹਰਮੰਦਰ ਸਾਹਿਬ ਦੇ ਉੱਤੇ ਚਾਂਸਸ ਸੀ ਕਿ ਦੰਗੇ ਛੜਨਗੇ ਆ ਜਾਂਸ ਸੀ ਕੇ ਲੋਕੀ ਜਦੋਂ ਸੁਣਨਗੇ ਹਰਮੰਦਰ ਸਾਹਿਬ ਦੇ ਵਿੱਚ ਕੀ ਹੋਇਆ ਜਾਂ 5 ਜਾਂ 6 ਹਜ਼ਾਰ ਸਿਵਿਲियंस ਨੂੰ ਆਮ ਲੋਕਾਂ ਨੂੰ ਮਾਰ ਦਿੱਤਾ ਗਿਆ ਹਰਮੰਦਰ ਸਾਹਿਬ ਦੇ ਵਿੱਚ ਤੇ ਲੋਕੀ ਬਹੁਤ ਅਕਰੋਸ਼ ਚ ਆਉਣਗੇ ਤੇ ਹੋ ਸਕਦਾ ਹੈ ਸਰਕਾਰ ਦੇ ਵਿਰੁੱਧ ਕੋਈ ਨਾ ਕੋਈ ਐਕਸ਼ਨ ਲਿਆ ਜਾਵੇ ਬਟ ਇੰਦਰਾ ਨੇ ਆਪਰੇਸ਼ਨ ਵੁੱਡ ਰੋਜ਼ ਦੇ ਥਰੂ ਪੰਜਾਬ ਦੇ ਵਿੱਚ ਇੱਕ ਐਮਰਜੈਂਸੀ ਵਾਲਾ ਮਾਹੌਲ ਬਣਾ ਕੇ ਰੱਖਿਆ ਤਾਂ ਕਿ ਪੰਜਾਬ ਵਿੱਚ ਆਜ਼ਾਦੀ ਬਹੁਤ ਘਟ ਰਹੀ ਹੈ ਅੰਮ੍ਰਿਤਸਰ ਵੱਲ ਜੋ ਟ੍ਰੈਵਲ ਸੀ ਉਹ ਬੈਨ ਕਰ ਦਿੱਤਾ ਗਿਆ ਜਾਂ ਬਹੁਤ ਘਟ ਕਰ ਦਿੱਤਾ ਗਿਆ ਲੋਕਾਂ ਦਾ ਇਕੱਠੇ ਹੋਣਾ ਬਹੁਤ ਜ਼ਿਆਦਾ ਘੱਟ ਹੋ ਗਿਆ ਫਿਰ ਇੱਕ ਹੋਰ ਮੈਂ ਪੜਦਾ ਪਿਆ ਸੀ ਜਾਂ ਸੁਣਦਾ ਪਿਆ ਸੀ ਕਿ 60000 ਲੋਕ ਜਿਨ੍ਹਾਂ ਨੇ ਡਿਸਾਈਡ ਕੀਤਾ ਕਿ ਅਸੀਂ ਅੰਮ੍ਰਿਤਸਰ ਵੱਲ ਨੂੰ ਜਾਂਦੇ ਹਾਂ ਜਾਂ ਸੇਵਾ ਕਰਨ ਵਾਸਤੇ ਜਾਂ ਦੇਖਣ ਵਾਸਤੇ ਉੱਥੇ ਕੀ ਹੋਇਆ ਜਾਂ ਆਪਣਾ ਪ੍ਰੋਟੈਸਟ ਕਰਨ ਵਾਸਤੇ 60000 ਲੋਕਾਂ ਨੂੰ ਮਾਰਿਆ ਗਿਆ ਇੰਡੀਅਨ ਆਰਮੀ ਦੁਆਰਾ ਫਿਰ 8000 ਨੌਜਵਾਨ ਮੁੰਡੇ ਉਹ ਘਰੋਂ ਨਿਕਲੇ ਬਟ ਉਹ ਕਦੇ ਵੀ ਘਰ ਵਾਪਸ ਨਹੀਂ ਪਰਤ पाए ਉਹ ਗਾਇਬ ਹੋ ਗਏ ਉਹਦੇ ਪਿੱਛੇ ਕੋਈ ਵੀ ਇਨਵੈਸਟੀਗੇਸ਼ਨ ਨਹੀਂ ਹੋਈ ਮਤਲਬ ਇੱਕ ਡਰ ਵਾਲਾ ਮਾਹੌਲ ਹੀ ਪੰਜਾਬ ਦੇ ਵਿੱਚ ਰਿਹਾ ਹੈ ਪੰਜਾਬ ਨੂੰ ਇੱਕ ਬਹੁਤ ਕਾਲਾ ਟਾਈਮ ਕਾਲੇ ੱੱੱ ਤੱਬੇ ਵਾਲਾ ਟਾਈਮ ਦੇਖਣਾ ਪਿਆ ਤੇ ਪੰਜਾਬ ਦੇ ਵਿੱਚ ਬ੍ਰਾਡਕਾਸਟ ਰੇਡੀਓ ਬ੍ਰਾਡਕਾਸਟ ਜਾਂ ਟੀਵੀ ਬ੍ਰਾਡਕਾਸਟ ਆਲਮੋਸਟ ਬੈਨ ਹੋ ਚੁੱਕੇ ਸੀ ਤਾਂ ਕਿ ਇਨਫੋਰਮੇਸ਼ਨ ਦਾ ਟ੍ਰੈਵਲ ਸੀ ਉਹ ਬਹੁਤ ਜ਼ਿਆਦਾ ਘੱਟ ਹੋ ਸਕੇ ਤੇ ਇਹ ਵੀ ਇੱਕ بڑا ਆ ਮਾੜਾ ਡਿਕਟੇਟਰਿਸ਼ਿਪ ਵਾਲਾ ਵਾਈਬ ਆਉਂਦੀ ਏ ਇਹ ਆਪਰੇਸ਼ਨ ਤੋਂ ਵੀ ਕਿ ਕਿੰਨੇ ਬੁਰੇ ਤਰੀਕੇ ਨਾਲ ਪੰਜਾਬ ਨੂੰ ਟ੍ਰੀਟ ਕੀਤਾ ਗਿਆ ਬਟ ਫਿਰ ਮੈਂ ਸੋਚਦਾ ਕਿ ਜਿੱਦਾਂ ਉਹਨੂੰ ਮਾਰਿਆ ਗਿਆ ਜਿੱਦਾਂ ਉਹਨੂੰ ਗੋਲੀ ਮਾਰੀ ਗਈ ਕੀ ਉਹ ਏ ਡਿਸਰਵ ਕਰਦੀ ਸੀ ਆਈ ਮੀਨ ਇਮੇਜਿਨ ਕਰੋ ਕਿ ਉਹ ਪੰਜਾਬ ਦੇ ਵਿੱਚ ਹਮਲਾ ਨਾ ਕਰਵਾਉਂਦੀ ਪੰਜਾਬ ਦੇ ਵਿਰੁੱਧ ਕੋਈ ਐਕਸ਼ਨ ਨਾ ਲੈਂਦੀ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਨੇ ਉਹਦੇ ਵਿਰੁੱਧ ਕੁਝ ਨਾ ਕੁਝ ਕਰ ਹੀ ਦੇਣਾ ਸੀ ਜਾਂ ਕੋਈ ਐਕਸ਼ਨ ਲੈ ਲੈ ਹੀ ਲੈਣਾ ਸੀ ਇਹ ਆਈ ਥਿੰਕ ਗਾਂਧੀ ਪਰਿਵਾਰ ਦਾ ਇਹ ਸ਼ਰਾਪ ਮਿਲਿਆ ਹੋਇਆ ਜੀ ਕਿਸੇ ਤਰ੍ਹਾਂ ਦਾ ਇੰਦਰਾ ਗਾਂਧੀ ਨੂੰ ਗੋਲੀ ਵੱਜੀ ਫਿਰ ਸੰਜੀ ਗਾਂਧੀ ਉਹ ਜਹਾਜ਼ ਚਲਾਉਂਦਾ ਆਪਣਾ ਹੀ ਜਾਜ ਉਡਾਉਂਦਾ ਉਡਾਉਂਦਾ ਉਹਦਾ ਐਕਸੀਡੈਂਟ ਹੋ ਗਿਆ ਫਿਰ ਜੀਵ ਗਾਂਧੀ ਨੂੰ ਇੱਕ ਸੁਇਸਾਈਡ ਬੋਮਬ ਨਾਲ ਉਡਾ ਦਿੱਤਾ ਗਿਆ ਸੋਨੀਆ ਗਾਂਧੀ ਨੂੰ ਹੁਣ ਇਸ ਟਾਈਮ ਕੈਂਸਰ ਹੈ ਤੇ ਰਾਹੁਲ ਗਾਂਧੀ ਦੀ ਸਭ ਤੋਂ ਵੱਡੀ ਪਨਿਸ਼ਮੈਂਟ ਕਿ ਉਹਨੂੰ ਸੀਰੀਅਸਲੀ ਕੋਈ ਲੈਂਦਾ ਹੀ ਨਹੀਂ ਠੀਕ ਹੈ ਉਹਦੇ ਕੋਲ ਪਾਵਰ ਕੋਈ ਹੈ ਹੀ ਨਹੀਂ ਇਨੇ ਪਾਵਰਫੁਲ ਪਰਿਵਾਰ ਦੇ ਹੋਣ ਦੇ ਬਾਵਜੂਦ ਵੀ ਉਹ ਆਈ ਥਿੰਕ ਮੈਨੂੰ ਲੱਗਦਾ ਉਹ ਕਦੀ ਵੀ ਪੀਐਮ ਬਣ ਪਾਏਗਾ ਇਤੋਂ ਵੱਡੀ ਸਜ਼ਾ ਗਾਂਧੀ ਪਰਿਵਾਰ ਲਈ ਗਾਂਧੀ ਪਰਿਵਾਰ ਦੇ ਸਹਜਾਦੇ ਲਈ ਨਹੀਂ ਹੋ ਸਕਦੀ ਤੇ ਫਿਰ ਮੈਂ ਵਾਪਸ ਆਵਾਂ ਇੰਦਰਾ ਗਾਂਧੀ ਦੇ ਉੱਤੇ ਕਿ ਅਗਰ ਉਹ ਅੱਜ ਜ਼ਿੰਦਾ ਹੁੰਦੀ ਜਾਂ ਉਹਨੂੰ ਕੋਈ ਗੋਲੀ ਨਾ ਮਾਰਦਾ ਅੱਜ ਜਿਸ ਹਿਸਾਬ ਨਾਲ ਉਹਨੇ ਇੰਡੀਆ ਦੇ ਵਿੱਚ ਆਪਰੇਟ ਕੀਤਾ ਜਿਸ ਹਿਸਾਬ ਨਾਲ ਉਹਨੇ ਆਪਣੇ ਡਿਸੀਜਨ ਲਏ ਜੇਸਾ ਸਾਹਬ ਨਾਲ ਉਹਨੇ ਲੋਕਾਂ ਨੂੰ ਲੋਕਾਂ ਵਾਂਗ ਨਹੀਂ ਦੇਖਿਆ ਠੀਕ ਅੱਜ ਦੇ ਸਟੈਂਡਰਡ ਦੇ ਹਿਸਾਬ ਨਾਲ ਇਹ ਡਿਕਟੇਟਰਸ਼ਿਪ ਵਾਲੇ ਸਾਰੇ ਕੰਮ ਸੀ ਕੋਈ ਵੀ ਕੰਮ ਇੱਕ ਨੋਰਮਲ ਪੀਐਮ ਦੇ ਤਰੀਕੇ ਨਾਲ ਨਹੀਂ ਹੋਇਆ ਹਰੇਕ ਚੀਜ਼ ਤਾਨਾ ਸ਼ਾਈ ਨਾ ਹੋਈ ਅਗਰ ਅੱਜ ਉਹ ਜ਼ਿੰਦਾ ਹੁੰਦੀ ਤੇ ਉੱਤੇ ਬਹੁਤ ਜ਼ਿਆਦਾ ਕੇਸ ਹੋਣੇ ਚਾਹੀਦੇ ਸੀ ਹਿਊਮਨ ਰਾਈਟ ਵਾਇਲੇਸ਼ਨ ਦੇ ਤੇ ਉਹਨੂੰ ਜੇਲ੍ਹ ਦੇ ਵਿੱਚ ਐਟਲੀਸ ਆਈ نو ਆ ਸਟਰੋਂਗ ਜੋ ਪਾਵਰਫੁਲ ਫੈਮਲੀਆਂ ਹੁੰਦੀਆਂ ਨੇ ਸਟਰੋਂਗ ਫੈਮਲੀਆਂ ਹੁੰਦੀਆਂ ਨੇ ਉਹਨਾਂ ਦਾ ਜੇਲ੍ਹ ਦੇ ਵਿੱਚ ਜਾਣਾ ਬਹੁਤ ਘੱਟ ਹੁੰਦਾ ਬਟ ਅਗਰ ਇੰਟਰਨੈਸ਼ਨਲ ਆ ਕੋਰਟ ਦੇ ਵਿੱਚ ਇਹ ਚੀਜ਼ਾਂ ਲੈ ਕੇ ਜਾਇਆਂ ਜਾਂਦੀਆਂ ਅਗਰ ਉਹ ਜਿੰਤਾ ਹੁੰਦੀ ਤਾਂ ਤਾਂ ਫੋਰ ਸ਼ੋਰ ਉਹਨੂੰ ਜੇਲ੍ਹ ਹੋਣੀ ਚਾਹੀਦੀ ਸੀ ਜਿਸ ਹਿਸਾਬ ਨਾਲ ਉਹਨੇ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਜਿਸ ਹਿਸਾਬ ਨਾਲ ਉਹਨੇ ਲੋਕਾਂ ਨੂੰ ਤੰਗ ਕੀਤਾ ਜਾਂ ਲੋਕਾਂ ਦੇ ਸਿਰ ਦੇ ਉੱਤੇ ਡਿਕਟੇਟਰਸ਼ਿਪ ਕੀਤੀ ਤੇ ਜਿੱਦਾਂ ਆਪਾਂ ਉਸ ਟਾਈਮ 'ਚੋਂ ਨਿਕਲੇ ਸੀ ਉਸ ਐਮਰਜੈਂਸੀ ਦੇ ਵਿੱਚੋਂ ਜਾਂ ਤਾਨਾਸ਼ਾਹੀ ਦੇ ਵਿੱਚੋਂ ਨਿਕਲੇ ਸੀ ਫੋਰ ਸ਼ੋਰ ਅੱਜ ਇੰਡੀਆ ਦਾ ਮਾਹੌਲ ਥੋੜਾ ਖਰਾਬ ਹੈ ਇਹ ਟਾਈਮ ਦੇ ਵਿੱਚੋਂ ਵੀ ਆਪਾਂ ਨਿਕਲਾਂਗੇ মিডিਆ ਹੋਣ ਦੇ ਕਾਰਨ ਅੱਜ ਟੈਕਨੋਲੋਜੀ ਹੋਣ ਦੇ ਕਾਰਨ ਅਗਰ ਇਹ ਚੀਜ਼ ਨਹੀਂ ਹੁੰਦੀ ਟੈਕਨੋਲੋਜੀ ਨਹੀਂ ਹੁੰਦੀ ਤੇ ਸ਼ਾਇਦ ਇੰਡੀਆ ਦੀ ਹਾਲਤ 인ਦਰਾ ਗਾਂਧੀ ਦੇ ਟਾਈਮ ਤੋਂ ਵੀ ਹੋਰ ਬੱਤਰ ਹੁੰਦੀ ਕਿਉਂਕਿ 인ਦਰਾ ਗਾਂਧੀ ਨੇ ਕਦੇ ਵੀ ਮੁਸਲਮਾਨਾਂ ਨੂੰ ਜਾਂ ਮਾਈਨੋਰਟੀਜ਼ ਨੂੰ ਟੈਗ ਨਹੀਂ ਅਟੈਕ ਨਹੀਂ ਕੀਤਾ ਜਾਂ ਆਈਸੋਲੇਟ ਨਹੀਂ ਕੀਤਾ ਉਹਦਾ ਟੀਚਾ ਇਹੀ ਸੀ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਪਾਵਰ ਦੇ ਵਿੱਚ ਰਵਾਂ ਬਟ ਅੱਜ ਦਾ ਮਾਹੌਲ ਇਹ ਵੇ ਕਿ ਅਗਰ ਮੈਂ ਟਾਰਗੇਟ ਕਰਾਂਗਾ ਮਾਈਨੋਰਟੀਜ਼ ਨੂੰ ਤੇ ਮੇਰੇ ਚਾਂਸਸ ਪਾਵਰ ਦੇ ਵਿੱਚ ਰਹਿਣ ਦੇ ਬਹੁਤ ਹਾਈ ਨੇ ਅਗਰ ਇਹ ਜਿੱਦਾਂ ਮੈਂ ਕਿਹਾ ਟੈਕਨੋਲੋਜੀ ਨਾ ਹੁੰਦੀ ਮੀਡੀਆ ਨਾ ਹੁੰਦਾ ਤਾਂ ਸ਼ਾਇਦ ਆਪਣੀ ਹਾਲਤ ਥੋੜੀ ਹੋਰ ਬੱਤਰ ਹੋਣੀ ਸੀ ਬਟ ਇਹ ਟਾਈਮ ਨੂੰ ਤਾਨਾਸ਼ਾਹੀ ਵਾਲਾ ਟਾਈਮ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਤੋਂ ਵੀ ਵੱਡਾ ਤਾਨਾਸ਼ਾਹ ਮੋਦੀ ਤੋਂ ਵੀ ਵੱਡਾ ਤਾਨਾਸ਼ਾਹ ਹੋ ਜੁਕੇ ਇੰਡੀਆ ਦੇ ਵਿੱਚ ਉਹ ਸੀ ਇੰਦਰਾ ਗਾਂਧੀ ਤੇ ਫੋਰ ਸ਼ੋਰ ਫੇਮ ਹੈਗਾਵਾ ਅਗਰ ਉਹ ਜ਼ਿੰਦਾ ਹੁੰਦੀ ਤੇ ਇੰਦਰਾ ਨੂੰ ਜ਼ਿੰਦਰਾ ਜ਼ਰੂਰ ਲੱਗਣਾ ਚਾਹੀਦਾ ਸੀ ਤੇ ਇਹ ਸੀ ਅੱਜ ਦਾ ਐਪੀਸੋਡ ਹੁਣ ਮਿਲਦੇ ਆਪਾਂ ਅਗਲੇ ਐਪੀਸੋਡ ਦੇ ਵਿੱਚ ਮੈਂ ਤੁਹਾਡਾ ਆਪਣਾ ਕਾਕਾ ਬਲੀ ਨਾਮ ਰਗਿੰਦੀਪ ਸਿੰਘ ਸਸਿਆਗਾਲ